ਜੀ ਕੀ ਹਾਲ ਚਾਲ ਮਿੱਤਰੋ, ਵੈਲਕਮ ਬੈਕ, ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ। ਤਾਂ ਦੋਸਤੋ, ਅੱਜ ਆਪਾਂ ਬਣਾਉਣ ਲੱਗੇ ਹਾਂ ਖੀਰ, ਉਹ ਵੀ ਗਾਜਰਾਂ ਦੀ। ਅਤੇ ਚਲੋ ਕਰਦੇ ਹਾਂ ਸਟਾਰਟ, ਦੇਖੋ ਫਿਰ ਪੂਰੀ ਰੈਸਪੀ। ਆਪਾਂ ਸਾਰਾ ਸਮਾਨ ਕੱਟ ਕੇ ਰੱਖ ਲਿਆ ਹੋਇਆ ਵਾ ਪ੍ਰੀਤ ਨੇ, ਉੱਧਰ ਆ ਗਾਜਰਾਂ ਵੀ ਦੋਸਤੋ ਕੱਦੂਕਸ ਕਰਕੇ ਰੱਖ ਲਈਆਂ ਹੋਈਆਂ ਨੇ, ਅਤੇ ਉੱਧਰ ਰਾਈਸ ਨੇ, ਰਾਈਸ ਨੂੰ ਇਹਨੇ ਪਹਿਲਾਂ ਭਿਉਂ ਕੇ ਰੱਖਤਾ ਸੀਗਾ 2-3 ਘੰਟੇ, ਉਸ ਤੋਂ ਬਾਅਦ ਇਹਨਾਂ ਨੂੰ ਫਿਰ ਆਪਾਂ ਗ੍ਰੈਂਡ ਕਰ ਲਿਆ ਵਾ। ਕੜਾਈ ਆਪਣੀ ਗਰਮ ਹੋ ਗਈ, ਸਭ ਤੋਂ ਪਹਿਲਾਂ ਆਪਾਂ ਵਿੱਚ ਇਹਦੇ ਪਾਵਾਂਗੇ ਗਾਜਰਾਂ। ਉਸ ਤੋਂ ਬਾਅਦ ਦੋਸਤੋ ਆਪਾਂ ਇਹਨਾਂ ਦੇ ਵਿੱਚ ਚੀਨੀ ਪਾ ਦੇਣੀ ਆ, ਇੱਕ ਬਾਊਲ ਚੀਨੀ ਪਾਈ ਆ। ਜਿਸ ਹਿਸਾਬ ਨਾਲ ਤੁਸੀਂ ਗਾਜਰਾਂ ਆਪਣੀਆਂ ਕੱਦੂਕਸ ਕੀਤੀਆਂ ਨੇ ਉਸਦੇ ਅਕੋਰਡਿੰਗ ਜਿੰਨਾ ਕੁ ਮਿੱਠਾ ਤੁਸੀਂ ਖਾਣਾ ਚਾਹੁੰਦੇ ਹੋ ਉਨੀ ਖੰਡ ਵਿੱਚ ਪਾ ਕੇ ਮਿਕਸ ਕਰ ਲੈਣੀ ਆ। ਇੰਨੀ ਕੁ ਗਾਜਰਾਂ 'ਚ ਦੇਖੋ ਇੱਕ ਕੋਲੀ ਖੰਡ ਦੀ ਪਾ ਦਿੱਤੀ ਹੈ, ਕਿਉਂਕਿ ਇਹ ਮਿੱਠੇ ਦੀ ਬੜੀ ਸ਼ੌਕੀਨ ਆ, ਮਿੱਠਾ ਖੁੱਲ੍ਹਾ ਹੀ ਪਾਉਂਦੀ ਆ। ਥੋੜ੍ਹੇ ਕਾਜੂ ਵੀ ਪਾ ਸਕਦੇ, ਉਹਦੇ ਨਾਲ ਟੇਸਟ ਜ਼ਿਆਦਾ ਵਧੀਆ ਆ ਜਾਂਦਾ ਹੈ। ਮੈਂ ਗ੍ਰੈਂਡ ਕਰ ਲਿਓ ਇਹ ਕਾਜੂ ਵੇ ਇਹਦੇ ਵਿੱਚ। ਆ ਦੇਖੋ ਗਾਜਰਾਂ ਦੇ ਵਿੱਚ ਦੋਸਤੋ ਚੀਨੀ ਮਿਲਟ ਹੋ ਗਈ ਆ, ਅਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੀ ਆਪਾਂ ਰਾਈਸ ਦੀ ਪੇਸਟ ਬਣਾਈ ਆ। ਉਹ ਰਾਈਸ ਨੂੰ ਪਹਿਲਾਂ ਤੁਸੀਂ ਭਿਉਂ ਕੇ ਰੱਖ ਲੈਣਾ 2-2 ਘੰਟੇ, ਉਸ ਤੋਂ ਬਾਅਦ ਉਹਦੇ ਵਿੱਚ ਸਾਰੇ ਡਰਾਈ ਫਰੂਟ ਪਾ ਕੇ ਉਹਨੂੰ ਗ੍ਰੈਂਡ ਕਰ ਲੈਣਾ ਵਾ। ਕਾਜੂ ਬਦਾਮ ਪਾ ਕੇ ਗ੍ਰੈਂਡ ਕਰ ਲਓ। ਦੇਖੋ ਇਹਦਾ ਦੁੱਧ ਦੀ ਵੀ ਲੋੜ ਨਹੀਂ, ਇੱਦਾਂ ਹੀ ਖੀਰ ਬਣ ਗਈ ਇਹ ਚੌਲਾਂ ਦੀ। ਦੁੱਧ ਵੀ ਪਾਉਣਾ ਇਹਨੂੰ ਵੀ ਸੇਕ ਲਵਾ ਕੇ ਤਾਂ ਜੋ ਗਲ ਜਾਣੀ। ਗਾਈਸ ਬਹੁਤ ਟੇਸਟੀ ਬਣਦੀ ਹੈ, ਟਰਾਈ ਕਰਿਓ ਤੁਸੀਂ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਲਕ, ਜਿੰਨਾ ਵੀ ਆਪਾਂ ਬਣਾਉਣੀ ਚਾਹੁੰਦੇ ਹਾਂ। ਲੋ ਗਾਈਸ, ਖੀਰ ਆਪਣੀ ਬਣ ਕੇ ਹੋ ਗਈ ਹੈ ਰੈਡੀ। ਦੇਖੋ ਆ ਪੂਰੀ ਕਰੀਮ ਬਣੀ ਆ ਚੋਲਾਂ ਦਾ ਵੀ ਨਾਸ਼ ਕੀਤਾ, ਹਰ ਚੀਜ਼ ਦਾ ਨਾਸ਼ ਕੀਤਾ। ਵੀਡੀਓ ਦੇਖ ਕੇ ਬਣਾ, ਵੀਡੀਓ ਦੇਖ ਕੇ ਬਣਾਉਣ ਲੱਗੀ ਸੀਗੀ ਮੈਂ, ਗਾਰਾ ਹੀ ਬਣਾ ਜਿਹੜੇ ਆ ਸਵਾਦ। ਦੇਖੋ ਦੇਖੀਏ ਖਾ ਕੇ ਗਾਈ ਕੀ ਸਵਾਦ ਆ। ਦੇਖੋ ਵੀ ਆਹ ਬਣਾਈ ਆ ਕੁੜੀ ਨੇ, ਦੇਖੋ ਮਾਰਿਆ ਖੋਇਆ ਪ੍ਰੀਤ। ਯੂਟਿਊਬ ਤੋਂ ਵੀਡੀਓ ਵੇਖੀ ਸੀ, ਕਹਿੰਦੀ ਅੱਜ ਬਣਾਉਣੀ ਆ ਮੈਂ ਖੀਰ, ਖੋਇਆ ਖੀਰ, ਖੋਇਆ ਖੋਇਆ 2 ਕਿਲੋ ਦੁੱਧ ਖਰਾਬ ਕਰ ਜਿਹੜਿਆ ਵਾ। ਖਾਣ ਨੂੰ ਤਾਂ ਸਵਾਦ ਆ, ਵਧੀਆ ਵਾ, ਬਹੁਤ ਟੇਸਟੀ ਆ, ਕਿਸੇ 'ਚ ਬਣਾਓ ਅਤੇ ਖਾਓ। ਪ੍ਰੀਤ ਨੇ ਖੀਰ ਦੇ ਚੱਕਰ 'ਚ ਪੋਸਟਰ ਜੋੜਨ ਵਾਲੀ ਪਿੱਠੀ ਬਣਾ ਛੱਡੀ ਸੀ ਦੋਸਤੋ, ਬਾਅਦ 'ਚ ਇਹਦੇ 'ਚ ਮਾਤਾ ਨੇ ਫਿਰ ਦੁੱਧ ਪਾ ਕੇ ਇਹਨੂੰ ਸਹੀ ਕੀਤਾ। ਪਿੱਠੀ ਬਣਾਈ ਸੀ, ਪਿੱਠੀ 'ਚ ਦੁੱਧ ਪਾ ਕੇ ਅਤੇ ਹੁਣ ਇਹਨੂੰ ਕਰ ਲਿਆ ਸਹੀ ਆਪਾਂ, ਅਤੇ ਨਾਲ ਸਾਗ ਆ। ਹੈਂ, ਪਿੱਠੀ ਥੋੜ੍ਹੀ ਹੈ, ਖੀਰ ਬਣਾਈ ਖੀਰ ਆ, ਇਹਦਾ ਪਿੱਠੀ ਆ, ਪਿੱਠੀ ਆ।